ਸਲਾਮ ਅਲੈਕੁਮ ਵੀਰੋ। ਇੱਕ ਅਫਵਾਹ, ਹਫ਼ਤੇ ਇੱਕ ਤੂੰ ਗਰਦਿਸ਼ ਕਰ ਰਹੀ ਹੈ ਔਰ ਬਾਅਦ ਦੋਸਤਾਂ ਮੈਨੂੰ ਟੈਗ ਵੀ ਕੀਤਾ ਉਸ ਸਿਲਸਿਲੇ 'ਚ ਕਿ ਜੀ ਸਰ ਗੰਗਾ ਰਾਮ ਹੋਸਪਿਟਲ ਦਾ ਨਾਮ ਬਦਲਿਆ ਜਾ ਰਿਹਾ। ਮੇਰੀ ਨਜ਼ਰ 'ਚ ਅਫਵਾਹ ਹੀ ਹੋ ਸਕਦੀ ਹੈ, ਐਡੀ ਹਮਾਕਤ ਵਾਲੀ ਗੱਲ ਸੱਚ ਨਹੀਂ ਹੋ ਸਕਦੀ, ਲੇਕਿਨ ਫਿਰ ਵੀ ਜੇ ਕਿਸੇ ਦੇ ਜ਼ਿਹਨ 'ਚ ਕੋਈ ਗੱਲ ਹੈ ਤਾਂ ਮੈਂ ਉਹਦੇ ਵਾਸਤੇ ਗੱਲ ਕਰਨਾ ਚਾਹੁੰਦਾ। ਗੱਲ ਇਹ ਕਿ ਜੀ ਮੇਰੇ ਨਾਨਕੇ ਆਏ ਸਨ ਫਿਰੋਜ਼ਪੁਰ ਤੋਂ। ਗੌਰ ਨਾਲ ਸੁਣਨਾ, ਮੁਕਤਸਰ ਜੀ ਗੱਲ, ਮੇਰੇ ਨਾਨਕੇ ਫਿਰੋਜ਼ਪੁਰੋਂ ਆਏ ਸਨ। ਫਿਰੋਜ਼ਪੁਰ ਦਾ ਨਾਂ ਅੱਜ ਵੀ ਫਿਰੋਜ਼ਪੁਰ ਹੀ ਹੈ। ਉਹਦਾ ਨਾਂ ਕਿਸੇ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਉਹਨੂੰ ਉਹਦਾ ਨਾਂ ਰਾਮਪੁਰ ਜਾਂ ਨਾਨਕਪੁਰ ਨਹੀਂ ਰੱਖਿਆ। ਅਤੇ ਗੱਲ ਇੰਝ ਹੈ ਕਿ ਇਹ ਪਤਾ ਨਹੀਂ ਕੌਣ ਫਿਕਰੀ ਕੰਗਲੇ ਨੇ ਜਿਹੜੇ ਪਾਕਿਸਤਾਨ ਦੇ ਤਾਰੀਖੀ ਸ਼ਹਿਰਾਂ ਦੇ ਨਾਂ ਬਦਲਦੇ ਨੇ, ਤਾਰੀਖੀ ਇਮਾਰਤਾਂ ਦੇ ਨਾਂ ਬਦਲਦੇ ਨੇ, ਔਰ ਇਹ ਹਸਪਤਾਲ ਦਾ ਨਾਂ ਬਦਲਣ ਦੀ ਸੋਚਣ ਦੀ ਗੱਲ ਜ਼ਿਹਨ 'ਚ ਆਈ ਕਿਸੇ ਦੀ। ਦੇਖੋ ਸਰ, ਗੰਗਾ ਰਾਮ ਲਾਹੌਰ ਦਾ ਮੋਹਸਿਨ ਸੀ, ਲਾਹੌਰ ਸ਼ਹਿਰ ਦਾ ਮੋਹਸਿਨ ਸੀ, ਅਤੇ ਉਹਦਾ ਨਾਂ ਬਦਲਣਾ ਮੋਹਸਿਨ ਕੁਸ਼ੀ ਦੀ ਅਲਾਮਤ ਹੈ, ਕਮ ਜ਼ਰਫੀ ਦੀ ਅਲਾਮਤ ਹੈ। ਅਤੇ ਸਾਨੂੰ ਇਹ ਗੱਲ ਬਿਲਕੁਲ ਕਬੂਲ ਨਹੀਂ ਹੈ ਕਿ ਪੰਜਾਬੀ ਮੁਸਲਮਾਨ ਜਿਹੜਾ ਹੈ ਉਹ ਦੁਨੀਆ ਅੱਗੇ ਕਮ ਜ਼ਰਫ ਅਤੇ ਮੋਹਸਿਨ ਕੁਸ਼ ਸਾਬਤ ਹੋਵੇ। ਇਹ ਉਹਨਾਂ ਲੋਕਾਂ ਵਾਸਤੇ ਗੱਲ ਕਰ ਰਿਹਾ ਮੈਂ ਜਿਹੜੇ ਮਜ਼ਹਬ ਦੇ ਮੰਨਣ ਵਾਲੇ ਨੇ ਔਰ ਹਰ ਚੀਜ਼ 'ਚ ਮਜ਼ਹਬ ਨੂੰ ਦਰਮਿਆਨ 'ਚ ਲੈ ਆਉਂਦੇ ਨੇ। ਮੈਂ ਅੱਜ ਉਹਨਾਂ ਨੂੰ ਦੱਸਣਾ ਚਾਹ ਰਿਹਾ ਕਿ ਸਾਡਾ ਨਬੀ ਅਤੇ ਮੇਰਾ ਨਾਨਾ, ਉਹਨੇ ਕੁਫਾਰ ਦੇ, ਕੁਰੈਸ਼ ਦੇ ਵੱਡੇ ਵੱਡੇ ਸਰਦਾਰਾਂ ਤੋਂ ਉੱਚਾ ਮਕਾਮ ਅਗਰ ਹਾਸਲ ਕੀਤਾ ਨਾ, ਤਾਂ ਆਪਣੇ ਜ਼ਰਫ ਨਾਲ, ਆਪਣੀ ਸੱਚਾਈ ਨਾਲ ਹਾਸਲ ਕੀਤਾ। ਅਸੀਂ ਇਹ ਚੀਜ਼ ਕਤਨ ਕਬੂਲ ਨਹੀਂ ਕਰਾਂਗੇ, ਕਿਸੇ ਸੂਰਤ ਕਬੂਲ ਨਹੀਂ ਕਰਾਂਗੇ। ਕਿਸੇ ਦੇ ਜ਼ਿਹਨ 'ਚ ਗਲਤਫਹਿਮੀ ਹੈ ਕਿ ਗੰਗਾ ਰਾਮ ਹੋਸਪਿਟਲ ਦਾ ਨਾਂ ਜਿਹੜਾ ਹੈ ਉਹ ਤਬਦੀਲ ਕੀਤਾ ਜਾਏ। ਗੰਗਾ ਰਾਮ ਮੋਹਸਿਨ ਸੀ, ਅਸੀਂ ਕਮ ਜ਼ਰਫ ਨਹੀਂ ਹਾਂ ਪੰਜਾਬੀ ਮੁਸਲਮਾਨ, ਨਾ ਅਸੀਂ ਕਮਜ਼ਰਫ ਹਾਂ ਨਾ ਅਸੀਂ ਮੋਹਸਿਨ ਕੁਛ। ਲਿਹਾਜ਼ਾ ਅਸੀਂ ਇਹਦੀ ਨਾ ਸਿਰਫ ਸ਼ਦੀਦ ਅਲਫਾਜ਼ 'ਚ ਮੁਜ਼ੰਮਤ ਕਰਦੇ ਹਾਂ, ਅਗਰ ਕਿਸੇ ਨੇ ਇਹ ਸੋਚੀ ਇਹ ਗੱਲ, ਅਤੇ ਅਗਰ ਕੋਈ ਐਸਾ ਅਮਲੀ ਕਦਮ ਕਿਸੇ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸ਼ਦੀਦ ਤਰੀਨ ਮਜ਼ਾਮਤ ਵੀ ਕਰਾਂਗੇ ਉਹਦੇ ਅੱਗੇ। ਰੱਬ ਰਾਖਾ।